ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਰੋਪੜ ਸ਼ਹਿਰ ਦਾ ਗੰਦਾ ਪਾਣੀ, IIT ਰੋਡ, ਢਿੱਲੋਂ ਫਾਰਮ। ਸਰਕਾਰ ਵੱਲੋਂ ਇਹ ਡਰੇਨ ਧੱਕੇਸ਼ਾਹੀ ਨਾਲ ਪਟਾਈ ਜਾ ਰਹੀ ਆ। ਆਹ ਪ੍ਰਸ਼ਾਸਨ ਖੜ੍ਹਾ ਜੀ ਸਾਰਾ, ਆਹ ਮਸ਼ੀਨਾਂ ਲੱਗੀਆਂ ਜੀ ਇੱਧਰ। ਨਾਲ ਆ ਸਤਲੁਜ ਦਰਿਆ ਵਗਦਾ ਜੀ, ਸਤਲੁਜ ਦਰਿਆ ਦੇ ਵਿੱਚ ਇਹ ਗੰਦਾ ਪਾਣੀ ਪਾ ਰਹੇ ਆ। ਇਹਨਾਂ ਦੇ ਕੋਲ ਕੋਈ ਨੋਟੀਫਿਕੇਸ਼ਨ, ਕੋਈ ਕੁਛ ਨਹੀਂ ਹੈਗਾ ਜੀ। ਮਾਲਕ ਸਾਰੇ ਆਏ ਹੋਏ ਆ ਜ਼ਮੀਨ ਦੇ ਸਭ ਨਾਲੇ, ਪੂਰਾ ਸ਼ਰੇਆਮ ਧੱਕਾ ਚੱਲ ਰਿਹਾ ਜੀ। ਆਹ ਫਸਲ ਬੀਜੀ ਹੋਈ ਪੂਰਾ ਗੰਦਾ ਪਾਣੀ, ਜਿੱਥੋਂ ਕਿ ਸਾਰੇ ਸ਼ਹਿਰ ਦੇ ਦਰਿਆ 'ਚੋਂ ਪਾਣੀ, ਡੰਗਰ ਪਾਣੀ ਪੀਂਦੇ ਆ ਜੀ, ਬੰਦੇ ਪਾਣੀ ਪੀਂਦੇ ਜੀ, ਇਹ ਦਰਿਆ 'ਚ ਨਹਾਉਣ ਆਉਂਦੇ ਨੇ ਜੀ। ਇਹ ਪੂਰਾ ਸ਼ਰੇਆਮ ਧੱਕਾ ਹੋ ਰਿਹਾ ਜੀ, ਪੂਰਾ ਸ਼ਰੇਆਮ। ਇਹਨਾਂ ਦੇ ਕੋਲ ਸਰਕਾਰ ਕੋਈ ਵੀ ਨੋਟੀਫਿਕੇਸ਼ਨ, ਕੋਈ ਕੁਛ ਨਹੀਂ ਜੀ ਹੈਗਾ ਇਹਨਾਂ ਕੋਲ, ਨਾ ਇਹ ਦਿਖਾ ਰਹੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਰੋਪੜ ਸ਼ਹਿਰ ਦਾ ਗੰਦਾ ਪਾਣੀ, IIT ਰੋਡ, ਢਿੱਲੋਂ ਫਾਰਮ। ਸਰਕਾਰ ਵੱਲੋਂ ਇਹ ਡਰੇਨ ਧੱਕੇਸ਼ਾਹੀ ਨਾਲ ਪਟਾਈ ਜਾ ਰਹੀ ਆ। ਆਹ ਪ੍ਰਸ਼ਾਸਨ ਖੜ੍ਹਾ ਜੀ ਸਾਰਾ, ਆਹ ਮਸ਼ੀਨਾਂ ਲੱਗੀਆਂ ਜੀ ਇੱਧਰ। ਨਾਲ ਆ ਸਤਲੁਜ ਦਰਿਆ ਵਗਦਾ ਜੀ, ਸਤਲੁਜ ਦਰਿਆ ਦੇ ਵਿੱਚ ਇਹ ਗੰਦਾ ਪਾਣੀ ਪਾ ਰਹੇ ਆ। ਇਹਨਾਂ ਦੇ ਕੋਲ ਕੋਈ ਨੋਟੀਫਿਕੇਸ਼ਨ, ਕੋਈ ਕੁਛ ਨਹੀਂ ਹੈਗਾ ਜੀ। ਮਾਲਕ ਸਾਰੇ ਆਏ ਹੋਏ ਆ ਜ਼ਮੀਨ ਦੇ ਸਭ ਨਾਲੇ, ਪੂਰਾ ਸ਼ਰੇਆਮ ਧੱਕਾ ਚੱਲ ਰਿਹਾ ਜੀ। ਆਹ ਫਸਲ ਬੀਜੀ ਹੋਈ ਪੂਰਾ ਗੰਦਾ ਪਾਣੀ, ਜਿੱਥੋਂ ਕਿ ਸਾਰੇ ਸ਼ਹਿਰ ਦੇ ਦਰਿਆ 'ਚੋਂ ਪਾਣੀ, ਡੰਗਰ ਪਾਣੀ ਪੀਂਦੇ ਜੀ, ਬੰਦੇ ਪਾਣੀ ਪੀਂਦੇ ਜੀ, ਇਹ ਦਰਿਆ 'ਚ ਨਹਾਉਣ ਆਉਂਦੇ ਨੇ ਜੀ। ਇਹ ਪੂਰਾ ਸ਼ਰੇਆਮ ਧੱਕਾ ਹੋ ਰਿਹਾ ਜੀ, ਪੂਰਾ ਸ਼ਰੇਆਮ। ਇਹਨਾਂ ਦੇ ਕੋਲ ਸਰਕਾਰ ਕੋਈ ਵੀ ਨੋਟੀਫਿਕੇਸ਼ਨ, ਕੋਈ ਕੁਛ ਨਹੀਂ ਜੀ ਹੈਗਾ ਇਹਨਾਂ ਕੋਲ, ਨਾ ਇਹ ਦਿਖਾ ਰਹੇ ਜੀ।